हां जी वीरयो एक हरनी ਕਾਪੇ ਖਾਪੇ ਖਾਇ ਤਾਂ ਸ਼ੇਰ ਉਹਦੇ ਕੋਲ ਬੈਠਾ ਤਾਂ ਬਾਦ ਕੋਲੋਂ ਦੀ ਨੰਗਦਾ ਜਾਏ ਬਾਦ ਨੇ ਪੁੱਛਿਆ ਕੀ ਗੱਲ ਆ ਬੜੀ ਸੋਰੇ ਉਹਨੇ ਕਿਹਾ ਸੋਰ ਕਾਦੀ ਹੋਣੀ ਐ ਆਪਣਾ ਭਈ ਇਹ ਛੋਟਾ ਜਿਹਾ ਸੀ ਤੇ ਮੈਂ ਇਹਨੂੰ ਇੱਕ ਵਾਰੀ ਦੁੱਧ ਪਿਆ ਬੈਠੀ ਮਾਂ ਇਹਦੀ ਮਰ ਗਈ ਸੀ ਉਸੇ ਆਸਾਨ ਦੇ ਬਦਲੇ ਵਿਚਾਰਾ ਅੱਜ ਤੱਕ ਮੇਰੇ ਨਾਲ ਹੀ ਆ ਕਿ ਮੈਨੂੰ ਕੋਈ ਜਾਨਵਰ ਨਾ ਖਾ ਜੇ ਜਵਾਨ ਹੋ ਗਿਆ ਹੁਣ ਤਾਂ ਉਹਨੇ ਕਿਹਾ ਅੱਛਾ ਬਾਦ ਵੀ ਉੱਡਦਾ ਜਾਏ ਸੋਚਦਾ ਜਾਏ ਕਿ ਆਪਾਂ ਵੀ ਆਸਾਨ ਕਰਾਂਗੇ ਰਾਜ ਉਹਨੇ ਦੇਖਿਆ ਆਪਣਾ ਵੀ ਇੱਕ ਚੂਹਾ ਨਦੀ ਦੇ ਵਿੱਚ ਆਪਣਾ ਵੀ ਇੱਕ ਚੂਹਾ ਨਦੀ ਦੇ ਵਿੱਚ ਗੋਤੇ ਪਿਆ ਖਾਇ ਉਹਨੇ ਕੱਢਿਆ ਉਹਨੂੰ ਬਾਹਰ ਉੱਚੀ ਜਗ੍ਹਾ ਤੇ ਲੈ ਗਿਆ ਜਾ ਕੇ ਆਪਣੇ ਪਰਾਂ ਥੱਲੇ ਸੁਕਾਇਆ ਜਿੰਨੇ ਚਿਰ ਨੂੰ ਚੂਹੇ ਨੇ ਹੋਸ਼ ਵੰਡੀ ਉਹਨੇ ਬਾਹਰ ਤੇ ਪਰ ਕਤਰ ਤੇ ਥੱਲੇ ਬਾਦਰੀ ਉੱਡਣ ਲੱਗੇ ਉੱਥੇ ਹੀ ਡਿੱਗ ਪਏ ਬਾਦ ਉੱਥੇ ਮਿੱਟੀ ਘਟੇ ਦੇ ਵਿੱਚ ਜ਼ਲੀਲ ਪਿਆ ਹੋਵੇ ਤਾਂ ਹਰਨੀ ਕੋਲੋਂ ਦੀ ਪਿੰੰਗੇ ਉਹਨੇ ਕਿਹਾ ਹਾਂ ਵੀ ਬਾਜ਼ਾ ਕੀ ਬਣੀ ਨਾਲ ਤੇਰੇ ਉਹਨੇ ਕਿਹਾ ਤੂੰ ਹੀ ਸਾਨ ਕੀਤਾ ਸੀ ਆਪਾਂ ਵੀ ਸਾਨ ਕੀਤਾ ਉਹਨੇ ਕਿ ਕਿਦੇ ਤੇ ਉਹਨੇ ਕਿ ਇੰਦਾ ਇੰਦਾ ਚੂਹੇ ਤੇ ਉਹਨੇ ਕਿਹਾ ਆਸਾਨ ਵੀ ਨਸਲ ਵੇਖ ਕੇ ਕਰੀਦਾ ਆਸਾਨ ਵੀ ਨਸਲਾਂ ਹੀ ਯਾਦ ਰੱਖਦੀਆਂ ਜਿਉਂਦੇ ਵਸਦੇ ਰ